ਹਜ਼ਰਤ ਇਬਰਾਹੀਮ ਬਿਨ ਆਦਮ, ਨਾਂ ਸੁਣਿਆ ਜੇ ਨਾ ਜੀ, ਹਜ਼ਰਤ ਇਬਰਾਹੀਮ ਬਿਨ ਆਦਮ। ਅੱਲਾ ਨਾਲ ਯਾਰੀ ਲਾਓ ਨਾ ਤਾਂ ਫਿਰ ਰੰਗ ਵੱਖਰਾ ਹੀ ਆਉਂਦਾ। ਜਦੋਂ ਅੱਲਾ ਨਾਲ ਬੰਦਾ ਯਾਰੀ ਲਾਉਂਦਾ ਨਾ, ਅੱਲਾ ਨਾਲ ਤਲਕ ਬਣਾਉਂਦਾ, ਇੱਥੇ ਲੋਕ ਪਤਾ ਕੀ ਆਉਂਦੇ ਨੇ, ਯਾਰ ਇਸ ਬੰਦੇ ਦਾ ਤਲਕ ਬੜਾ। ਕੀ ਹੈ? ਇਸ ਬੰਦੇ ਦਾ ਵੱਡਿਆਂ ਵੱਡਿਆਂ ਬੰਦਿਆਂ ਨਾਲ ਤਲਕ, ਉਹ ਯਾਰ ਤਲਕ ਬੜਾ ਉਸ ਬੰਦੇ ਦਾ। ਚੇਅਰਮੈਨ ਸਾਹਿਬ ਨਾਲ ਉਹਦਾ ਤਲਕ ਹੈ, SHO ਸਾਹਿਬ ਨਾਲ ਉਹਦਾ ਤਲਕ ਹੈ, MPA ਨਾਲ ਉਹਦਾ ਤਲਕ ਹੈ, MNA ਨਾਲ ਉਹਦਾ ਤਲਕ ਹੈ, ਤਲਕ ਬੜਾ। ਅਤੇ ਮੈਂ ਇਸ ਮੈਂਬਰ ਦੇ ਥਰੂ ਇਹ ਪੈਗਾਮ ਦੇਣਾ ਚਾਹੁੰਦਾ ਕਿ ਪੂਰੀ ਦੁਨੀਆ ਵਿੱਚ ਸਭ ਨਾਲ ਵੱਡਾ ਤਲਕ ਜਿਹੜਾ ਉਹ ਬੰਦੇ ਅਤੇ ਰੱਬ ਦਾ ਤਲਕ ਹੈ। ਕਿਹਦਾ ਤਲਕ ਹੈ? ਬੰਦੇ ਅਤੇ ਰੱਬ ਦਾ, ਬੰਦੇ ਅਤੇ ਅੱਲਾ ਦੇ ਦਰਮਿਆਨ ਤਲਕ ਹੈ। ਹਜ਼ਰਤ ਇਬਰਾਹੀਮ ਬਿਨ ਆਦਮ ਬਾਦਸ਼ਾਹੀ ਛੱਡ ਕੇ, ਤਾਜੋ ਤਹਤ ਛੱਡ ਕੇ, ਗੁੱਦੜੀ ਪਾ ਕੇ, ਸ਼ਾਹੀ ਲਿਬਾਸ ਲਾ ਕੇ, ਨੰਗੀ ਪੈਰੀ ਅੱਲਾ ਦੇ ਰਸਤੇ 'ਚ ਨਿਕਲ ਗਏ। ਕਈ ਸਾਲਾਂ ਤੋਂ ਬਾਅਦ ਦਰਿਆ ਦੇ ਕਿਨਾਰੇ ਬੈਠੇ ਨੇ ਅਤੇ ਆਪਦੇ ਜਿਹੜੇ ਸਨ ਨਾ ਮਤਹਿਤ ਸਿਪਾਹੀ, ਉਹ ਲੱਭਦਿਆਂ 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 ਉਸ ਦਰਿਆ 'ਤੇ ਉਹ ਵੀ ਪਹੁੰਚ ਗਏ। ਉਹਨਾਂ ਕਿਹਾ ਵੀ ਇਹ ਤਾਂ ਸਾਡਾ ਬਾਦਸ਼ਾਹ ਹੈ ਇਬਰਾਹੀਮ ਬਿਨ ਆਦਮ। ਇਹ ਗੱਲ ਬੜੀ ਤਵੱਜੋ ਨਾਲ ਸੁਣਿਓ, ਇਹ ਤਾਂ ਸਾਡਾ ਬਾਦਸ਼ਾਹ ਹੈ। ਉਹਨਾਂ ਬਾਦਸ਼ਾਹ ਨੂੰ ਵੇਖਿਆ ਤੇ ਕੱਪੜੇ ਬਾਬਾ ਜੀ ਫੱਟੇ ਪੁਰਾਣੇ, ਸਿਰ ਤੇ ਧੂੜ ਪਈ ਹੈ, ਐ ਇੰਜ ਦੇ ਹਾਲਾਤ, ਫਕੀਰੀ ਵਾਲੇ ਹਾਲਾਤ ਹੋਏ, ਦਰਵੇਸ਼ੀ ਵਾਲੇ। ਤੇ ਕਹਿਣ ਲੱਗੇ ਬਾਦਸ਼ਾਹ ਸਲਾਮਤ, ਕਿਹੜੀ ਜ਼ਿੰਦਗੀ ਚੰਗੀ ਸੀ? ਤੂੰ ਤਾਜ ਤਖਤ ਛੱਡ ਕੇ, ਇਹ ਗੱਲ ਸਮਝਿਓ, ਤੂੰ ਤਾਜ ਤਖਤ ਛੱਡ ਕੇ, ਤੂੰ ਸਕੂਨ ਦੀ ਜ਼ਿੰਦਗੀ ਛੱਡ ਕੇ, ਤੂੰ ਆਰਾਮ ਦੀ ਜ਼ਿੰਦਗੀ ਛੱਡ ਕੇ, ਤੇ ਤੂੰ ਜੰਗਲਾਂ ਵਿੱਚ ਤੇ ਦਰਿਆਵਾਂ ਦੇ ਕਿਨਾਰੇ ਜ਼ਲੀਲ ਤੇ ਖੱਜਲ ਭਿਆਉਣਾ, ਕਿਹੜੀ ਜ਼ਿੰਦਗੀ ਚੰਗੀ ਸੀ ਆ? ਆਪ ਫਰਮਾਨ ਲੱਗੇ, ਇਹਨਾਂ ਨੂੰ ਇੰਝ ਗੱਲ ਸਮਝ ਨਹੀਂ ਆਉਣੀ, ਇਹਨਾਂ ਨੂੰ ਕੁਝ ਵਿਖਾ ਕੇ ਤੇ ਫਿਰ ਸਮਝ ਆਏਗੀ। ਗੱਲ ਸਮਝੋ, ਆਪ ਨੇ ਫਰਮਾਇਆ ਹੁਣੇ ਤੁਹਾਨੂੰ ਦੱਸਣੇ ਆ ਕਿਹੜੀ ਜ਼ਿੰਦਗੀ ਚੰਗੀ ਹੈ। ਉਹਨਾਂ ਕਿਹਾ ਠੀਕ ਹੈ, ਇੱਧਰ ਮੇਰੇ ਵੱਲ ਵੇਖਿਓ ਜੀ। ਹਜ਼ਰਤ ਇਬਰਾਹੀਮ ਬਿਨ ਆਦਮ ਨੇ ਬਾਬਾ ਜੀ ਸੂਈ ਜਿਹੜੀ ਹੈ ਨਾ ਆਪਣੀ ਗੁੱਦੜੀ ਵਿੱਚੋਂ, ਜੇਬ ਵਿੱਚੋਂ ਨਾ ਸੂਈ ਕੱਢੀ। ਸੂਈ ਦਾ ਕਿੰਨਾ ਵਜ਼ਨ ਹੈ ਜੀ? ਇਹ ਵੇਖਿਓ, ਸੂਈ ਕੱਢ ਕੇ ਨਾ ਤੇ ਆਪ ਨੇ ਜਿਹੜੇ ਦਰਿਆ ਦੇ ਕਿਨਾਰੇ ਬੈਠੇ ਸਨ ਨਾ, ਉਸ ਦਰਿਆ ਦੇ ਵਿੱਚ ਆਪਣੀ ਸੂਈ ਸੁੱਟੀ ਤੇ ਸਿਪਾਹੀ ਹੁਣ ਸਾਰੇ ਕੋਲ ਬੈਠੇ ਸਨ। ਹਜ਼ਰਤ ਇਬਰਾਹੀਮ ਬਿਨ ਆਦਮ ਨੇ ਫਰਮਾਇਆ, ਤੁਹਾਨੂੰ ਦੱਸਣ ਲੱਗਾ ਵੀ ਉਹ ਜ਼ਿੰਦਗੀ ਚੰਗੀ ਸੀ ਜਾਂ ਇਹ ਜ਼ਿੰਦਗੀ ਚੰਗੀ ਹੈ? ਆ ਤਵੱਜੋ ਕਰਿਓ, ਆਪਨੇ ਜਦੋਂ ਸੂਈ ਦਰਿਆਵੇ ਸੁੱਟੀ ਨਾ, ਤੂੰ ਹੁਣ ਸਾਰੇ ਵਹਿੰਦੇ ਪਏ ਤੇ ਹਜ਼ਰਤ ਇਬਰਾਹੀਮ ਬਿਨ ਆਦਮ ਨੇ ਮੱਛਲੀ ਨੂੰ ਹੁਕਮ ਫਰਮਾਇਆ, ਫਰਮਾਇਆ ਇਬਰਾਹੀਮ ਦੀ ਸੂਈ ਬਾਹਰ ਲੈ ਕੇ ਆਓ। ਕਦੀ ਤੁਹਾਡੀ ਮੇਰੀ ਗੱਲ ਮੱਛੀਆਂ ਮੰਨੀ ਹੈ? ਹੈ ਤੇ ਕਹਿੰਦੇ ਨੀ ਵਲੀ ਕੀ ਕਰਦੇ ਨੇ ਜੀ। ਮੈਂ ਕਿਹਾ ਉਸ ਮੌਲਵੀ ਨੂੰ ਲੈ ਜਾਓ ਉਸ ਜਗ੍ਹਾ ਤੇ, ਤੇ ਉਹਨੂੰ ਕਹਿ ਵੀ ਮੱਛਲੀ ਨੂੰ ਕਵੇ ਉਹਦੀ ਘਰ ਗੱਲ ਨਹੀਂ ਮੰਨੀ ਜਾਂਦੀ, ਮੱਛਲੀ ਕਿੱਥੇ ਮੰਨੀ? ਤੇ ਫਿਰ ਵਲੀ ਨਾਲ, ਫਿਰ ਅੱਲਾ ਵਾਲੇ ਨਾਲ ਦੁਸ਼ਮਣੀ, ਅੱਲਾ ਵਾਲੇ ਨਾਲ ਜਨਾਬ ਗੱਲਾਂ ਕਰਨੀਆਂ? ਆਪਨੇ ਫਰਮਾਇਆ ਇਬਰਾਹੀਮ ਦੀ ਸੂਈ ਲੈ ਕੇ ਆਓ। ਕਿਤਾਬਾਂ 'ਚ ਲਿਖਿਆ ਕਿ ਇੱਧਰ ਤਵੱਜੋ ਕਰਿਓ, ਹਰ ਮੱਛਲੀ ਨੇ ਆਪਣੇ ਮੂੰਹ ਵਿੱਚ ਸੋਨੇ ਦੀ ਸੂਈ ਪਾ ਕੇ ਤੇ ਕਿਨਾਰੇ 'ਤੇ ਆ ਗਈ। ਇਬਰਾਹੀਮ ਬਿਨ ਆਦਮ ਨੇ ਆਖਿਆ, ਮੈਨੂੰ ਇਹ ਨਹੀਂ ਚਾਹੀਦੀ, ਜੇ ਸੋਨਾ ਚਾਹੀਦਾ ਹੁੰਦਾ ਤਾਂ ਮੈਂ ਇੱਥੇ ਕਿਉਂ ਆਉਂਦਾ? ਸੋਨਾ ਤੇ ਛੱਡ ਕੇ ਸੋਨੇ ਨੂੰ ਠੋਕਰ ਮਾਰ ਕੇ ਤੇ ਇੱਥੇ ਯਾਰੀ ਲਾਈ ਹੈ ਨਾ, ਉਸ ਰੱਬ ਨਾਲ ਤੱਲਕ ਕਾਇਮ ਕੀਤਾ, ਇਹ ਨਹੀਂ ਚਾਹੀਦੀ, ਮੈਨੂੰ ਮੇਰੀ ਸੂਈ ਚਾਹੀਦੀ ਹੈ। ਉਹ ਲਿਖਦੇ ਨੇ ਕਿ ਇੱਕ ਮੱਛਲੀ ਨੇ ਨਾ ਉਹਨਾਂ ਦੀ ਸੂਈ, ਆਏ ਹਾਏ ਵਾਹ ਮੌਲਾ ਤੇਰੀ ਸ਼ਾਨ, ਵਾਹ ਪਰਵਰਦਿਗਾਰਾ ਤੇਰਾ ਕਮਾਲ, ਤੇਰੀ ਅਜ਼ਮਤ ਕੁਰਬਾਨ ਹੋ ਜਾਵਾਂ, ਮੈਨੂੰ ਦੱਸੋ ਵੀ ਉਸ ਮੱਛੀ ਨੇ ਉਹ ਸੂਈ ਲੱਭੀ ਕਿੱਥੋਂ ਸੀ? ਵੇਖੋ ਦਰਿਆ ਏਡਾ ਵੱਡਾ ਤੇ ਇੰਨੀਆਂ ਮੱਛਲੀਆਂ, ਉਹ ਮੱਛਲੀ ਉੱਥੇ ਗਈ ਜਿੱਥੇ ਸੂਈ ਡਿੱਗੀ ਸੀ, ਉਹ ਸੂਈ ਚੁੱਕ ਕੇ ਮੂੰਹ 'ਚ ਪਾ ਕੇ ਕਿਨਾਰੇ 'ਤੇ ਆ ਗਈ। ਹਜ਼ਰਤ ਇਬਰਾਹੀਮ ਬਿਨ ਆਦਮ ਨੇ ਸੂਈ ਫੜ ਲਈ, ਫਰਮਾਇਆ ਉਹ ਦੁਨੀਆਦਾਰੋ ਸਮਝ ਆਈ ਜੇ ਕਿ ਕਿਹੜੀ ਜ਼ਿੰਦਗੀ ਚੰਗੀ ਹੈ? ਆਖਣ ਲੱਗੇ, ਤੁਸੀਂ ਮੇਰਾ ਹੁਕਮ ਮੰਨਦੇ ਸੋ ਮੇਰੇ ਡਰ ਦੀ ਵਜ੍ਹਾ ਤੋਂ, ਮੇਰੇ ਖੌਫ ਦੀ ਵਜ੍ਹਾ ਤੋਂ,
ਕਿ ਕਿਤੇ ਬਾਦਸ਼ਾਹ ਸਾਡੀ ਛੁੱਟੀ ਨਾ ਕਰਾ ਦੇ ਅਤੇ ਮੇਰੇ ਮਗਰੋਂ ਮੇਰੀਆਂ ਗੱਲਾਂ ਕਰਦੇ ਸੋ, ਮੇਰੇ ਮਗਰੋਂ ਮੇਰੀਆਂ ਬੁਧਾਈਆਂ ਕਰਦੇ ਸੋ। ਫਰਮਾਇਆ ਤੁਸੀਂ ਡਰ ਦੀ ਵਜ੍ਹਾ ਤੋਂ ਗੱਲ ਮੰਨਦੇ ਸੋ। ਇਹ ਮੱਛਲੀਆਂ ਇਬਰਾਹੀਮ ਦੇ ਡਰ ਦੀ ਵਜ੍ਹਾ ਤੋਂ ਗੱਲ ਨਹੀਂ ਮੰਨੀ, ਇਹਨਾਂ ਇਬਰਾਹੀਮ ਅਤੇ ਅੱਲਾ ਦੀ ਯਾਰੀ ਦੀ ਵਜ੍ਹਾ ਤੋਂ ਗੱਲ ਮੰਨੀ ਹੋਈ ਹੈ। ਤੱਲਾ ਕਾਇਮ ਤਾਂ ਕਰੋ ਅੱਲਾ ਕੋਲੋਂ, ਮੰਗ ਕੇ ਤਾਂ ਵੇਖੋ ਅਸੀਂ ਮੰਗਦੇ ਨਹੀਂ। ਇਹ ਜਿਹੜੀ ਅਸੀਂ ਦੁਆ ਕਰਦੇ ਹਾਂ ਨਾ ਫਰਜ਼ ਨਮਾਜ਼ ਤੋਂ ਬਾਅਦ, ਅੱਲਾਹੁਮਾ ਸੱਲ ਅਲਾ ਮੁਹੰਮਦ ਅਜਮਾਈਨ, ਚੱਲ ਬਈ ਇਮਾਮ ਸਾਹਿਬ ਵੀ ਗਏ ਅਤੇ ਮੁਕਤਦੀ ਵੀ ਗਏ, ਇਹ ਦੁਆ ਨਹੀਂ, ਇਹ ਦੁਆ ਨਹੀਂ। ਕਦੀ ਤੁਸੀਂ ਵੇਖੋ ਨਾ ਮੰਗਣ ਵਾਲੇ ਨੂੰ, ਅਤੇ ਮੰਗਣ ਵਾਲੇ ਦਾ ਤਰੀਕਾ ਵੇਖੋ ਕਿ ਉਹ ਬੰਦੇ ਨੂੰ ਕਿੰਨੀ ਵਾਰੀ ਬੰਦੇ ਕੋਲ ਮੰਗਦਾ। ਇੱਕ ਵਾਰੀ ਮੰਗਦਾ, ਦੋ ਵਾਰੀ, ਤਿੰਨ ਵਾਰੀ, ਅਸੀਂ ਕੀ ਕਹਿੰਦੇ ਹਾਂ ਮੰਗਣ ਵਾਲੇ ਜਾਨ ਨਹੀਂ ਛੱਡਦੇ। ਇਹ ਵੇਖ ਲਓ ਤੁਸੀਂ ਇੱਥੇ ਬਾਹਰ ਜਾਓ ਨਾ ਤੁਸੀਂ ਪੁੱਲ ਐਗ ਤਾਂ ਟੁੱਟ ਜਾਓ ਕਿਤਲੇ, ਮੰਗਣ ਵਾਲੇ ਜਾਨ ਨਹੀਂ ਛੱਡਦੇ। ਅਤੇ ਅਸੀਂ ਵੀ ਮੰਗਦੇ ਹਾਂ, ਅਸੀਂ ਅੱਧੇ ਮਿੰਟ 'ਚ ਅੱਲਾ ਕੋਲ ਮੰਗ ਕੇ ਉਹ ਪੇ ਜਾਂਦੇ ਮਸੀਹ ਤੋਂ ਬਾਹਰ, ਅਜੇ ਮੰਗ ਲਈਏ ਜੀ ਦੁਆ। ਤੂੰ ਇੰਜ ਮੰਗ ਕਿ ਅੱਲਾ ਨੂੰ ਤੇਰੇ 'ਤੇ ਤਰਸ ਆਏ, ਅੱਲਾ ਨੂੰ ਤੇਰੇ 'ਤੇ ਕੀ ਆਏ, ਤਰਸ ਆਏ। ਨਬੀ ਪਾਕ ਨੇ ਫਰਮਾਇਆ ਰੋ ਕੇ ਅੱਲਾ ਕੋਲ ਮੰਗਿਆ ਕਰੋ। ਕੀ ਕਰਿਆ ਕਰੋ, ਬੋਲੋ ਕੀ ਕਰਿਆ ਕਰੋ, ਰੋ ਕੇ ਅੱਲਾ ਕੋਲ ਦੁਆ ਮੰਗੋ। ਇੱਕ ਸਹਾਬੀ ਨੇ ਅਰਜ਼ ਕੀਤੀ, ਹਜ਼ੂਰ ਅਗਰ ਰੋਣਾ ਨਾ ਆਵੇ ਤਾਂ ਫਿਰ? ਆਪ ਨੇ ਫਰਮਾਇਆ ਰੋਣ ਵਾਲੀ ਸ਼ਕਲ ਬਣਾ ਲਿਆ ਕਰੋ, ਰੋਣ ਵਾਲੀ। ਇੱਧਰ ਵੇਖੋ, ਇੱਕ ਪੁੱਤਰ ਨੂੰ ਪਿਓ ਪੈਸੇ ਦੇਵੇ ਨਾ ਅਤੇ ਕੋਲ ਦੂਸਰਾ ਵੀ ਖਲੋਤਾ ਹੋਵੇ ਨਾ, ਤੂੰ ਐਵੇਂ ਭੈੜੀ ਜਿਹੀ ਸ਼ਕਲ ਬਣਾ ਕੇ ਅੱਬੇ ਦੇ ਕੋਲ ਖਲੋਤਾ ਹੋਵੇ ਨਾ, ਤਾਂ ਮੈਨੂੰ ਇਮਾਨਦਾਰੀ ਨਾਲ ਦੱਸ ਅੱਬਾ 10 ਰੁਪਈਏ ਕੱਢ ਕੇ ਉਹਨੂੰ ਆਉਂਦਾ, ਮੂੰਹ ਨਾ ਬਣਾ ਲੈ ਤੂੰ ਵੀ ਚੀਜ਼ ਲੀਲਾ ਜਾ ਕੇ, ਹੈਂ? ਉਹਨੂੰ ਤਰਸ ਆ ਜਾਂਦਾ ਨਾ ਯਾਰ, ਰੋ ਪਵੇਗਾ। ਅਤੇ ਸਾਡਾ ਤਾਂ ਤਰੀਕਾ ਇਹ ਨਹੀਂ ਜਿਵੇਂ ਅਸੀਂ ਮੰਗਦੇ ਹਾਂ ਨਾ, ਸਾਡਾ ਇਹ ਰਸਮੀ ਦੁਆ, ਰਸਮੀ ਜਿਵੇਂ ਆਦਤ ਨਹੀਂ ਦੁਆ ਹੁੰਦੀ ਇਮਾਮ ਸਾਹਿਬ ਨੇ, ਅੱਲਾਹੁਮਾ ਅੰਤ ਸਲਾਮ ਵ ਮਿਨਕ ਸਲਾਮ ਤਬਾਰਕ ਤਾ ਯਾ ਜ਼ਲ ਜਲਾਲੀ ਵਾਲੀ ਕਰਾਮ ਅਜਮਾਈ। ਚਲੋ ਜੀ ਜਾਓ ਜੀ, ਛੁੱਟੀ ਦੁਆ ਹੋਵੇ ਜਿਹੜੇ ਤੇਰੇ ਅੰਦਰੋਂ ਨਿਕਲੇ। ਬੰਦਾ ਖੁਸ਼ੀ ਵਿੱਚ ਉਂਝ ਦੁਆ ਨਹੀਂ ਮੰਗਦਾ ਜਿਵੇਂ ਪਰੇਸ਼ਾਨੀ ਵਿੱਚ ਅੱਲਾ ਨਾਲ ਦੁਆ ਕਰਦਾ। ਬੰਦਾ ਫਸਿਆ ਹੋਏ ਨਾ ਕਿਤਲੇ, ਫਿਰ ਉਹਨੂੰ ਰੱਬ ਡਾਢਾ ਯਾਦ ਹੁੰਦਾ। ਇਸ ਵਾਸਤੇ ਜਦੋਂ ਵੀ ਦੁਆ ਮੰਗੋ ਤਾਂ ਦਰਦ ਨਾਲ ਮੰਗੋ। ਔਰ ਆਖਰੀ